ਬੀਬੀ ਪ੍ਰਕਾਸ਼ ਕੌਰ ਜੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭੈਣ ਜੀ ਸਾਡੇ ਦਰਮਿਆਨ ਬੈਠੇ ਨੇ। ਕੁਲਦੀਪ ਮਾਣਕ ਜੀ ਗੀਤ ਪੇਸ਼ ਕਰ ਰਹੇ ਨੇ, ਗੱਡੀ ਰੁਕੀ ਲਾਹੌਰ ਸਟੇਸ਼ਨ। ਦੋ ਗੱਭਰੂ ਪੰਜਾਬ ਦੇ ਵਿੱਚੋਂ ਦਾ ਪਹਿਲਾ ਸੌਂਗ ਸੀ। 1927 ਈਸਵੀ ਵਿੱਚ ਸਾਈਮਨ ਕਮਿਸ਼ਨ ਦਾ ਬਾਈਕਾਟ ਕਰਨ ਸਮੇਂ ਲਾਲਾ ਲਾਜਪਤ ਰਾਏ ਦੀ ਅਗਵਾਈ ਦੇ ਵਿੱਚ ਜਲੂਸ, ਬੜੇ ਧਿਆਨ ਨਾਲ ਗੱਲ ਸੁਣ ਵਾਲੀ। ਆਓ ਜੀ, ਸਭ ਤੋਂ ਪਹਿਲਾਂ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭੈਣ ਜੀ ਬੀਬੀ ਪ੍ਰਕਾਸ਼ ਕੌਰ ਜੀ, ਮੈਂ ਉਹਨਾਂ ਦੇ ਚਰਨਾਂ 'ਚ ਇਹ ਗੀਤ ਪੇਸ਼ ਕਰਨ ਲੱਗਾ। ਉਹਨਾਂ ਦੇ ਚਰਨਾਂ 'ਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਭਾਵੇਂ ਤੁਸੀਂ ਗੁੱਸਾ ਕਰ ਜਾਓ, ਆਪਾਂ ਆਪਣੇ ਵਿਰਸੇ ਨੂੰ ਭੁੱਲੇ ਬੈਠੇ ਹਾਂ, ਆਪਣੇ ਸ਼ਹੀਦਾਂ ਨੂੰ ਭੁੱਲੇ ਬੈਠੇ ਹਾਂ। ਅਸੀਂ ਉਹਨਾਂ ਗੀਤਾਂ ਬਾਰੇ ਜਾਣਦੇ ਹਾਂ ਮਗਰ ਜਿਹੜੇ ਆਏ ਆ ਕਰਦੇ ਆ। ਲਓ ਮੈਂ ਪੇਸ਼ ਕਰਨ ਲੱਗਾ, ਗੱਡੀ ਰੁਕੀ ਲਾਹੌਰ ਸਟੇਸ਼ਨ। ਜਾਨਮ ਸਰਕਾਰ ਦੀਆਂ ਜਵਾਨੀ ਜਿਹੜਾ ਪੱਟਣ ਨੂੰ ਕਾਰੀ ਲੋ ਜਾਨਮ।
ਕੁੜੀਆਂ ਨਹੀਂ ਦੇਖੀ ਜਾਣੂ ਕਿ ਸਾਡੇ ਨੇ ਵੀ ਦੇਖ ਲਿਆ ਕਰੋ।